ਜਿਵੇਂ ਹੀ ਆਪ ਦੀ ਕੋਰ ਕਮੇਟੀ ਵੱਲੋਂ ਸੁਖਪਾਲ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਕਈ ਸਿਆਸਤਦਾਨ ਖਹਿਰਾ ਦੇ ਹੱਕ ਵਿੱਚ ਉਤਰਦੇ ਨਜ਼ਰ ਆਏ। ਇੱਕ ਪਾਸੇ ਜਿੱਥੇ ਸਿਮਰਨਜੀਤ ਸਿੰਘ ਬੈਂਸ ਵੱਲੋਂ ਕੇਜਰੀਵਾਲ ਦੇ ਇਸ ਫਰਮਾਨ ਨੂੰ ਤਾਨਾਸ਼ਾਹੀ ਕਰਾ ਦਿੱਤਾ ਗਿਆ, ਉੱਥੇ ਹੀ ਆਪ ਪਾਰਟੀ ਚੋਂ ਬਰਖਾਸਤ ਕੀਤੇ ਸਾਂਸਦ ਧਰਮਵੀਰ ਗਾਂਧੀ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਦਾ ਸਾਥ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਸੱਚ ਦੀ ਲੜਾਈ ਲਈ ਅੱਗੇ ਆਉਂਦਾ ਹੈ, ਪਾਰਟੀ ਉਸਨੂੰ ਬਾਹਰ ਦਾ ਰਾਸਤਾ ਦਿਖਾ ਦਿੰਦੀ ਹੈ, ਜਿਸ ਦੀਆਂ ਪਹਿਲਾਂ ਵੀ ਕਈ ਉਦਾਹਰਣਾਂ ਮਿਲ ਚੁੱਕੀਆਂ ਨੇ। ਹਰ ਵਾਰ ਦੀ ਤਰ੍ਹਾਂ ਖਹਿਰਾ ਨਾਲ ਵੀ ਉਹੀ ਰਵੱਈਆ ਵਰਤਿਆ ਗਿਆ ਜੋ ਹੋਰਨਾਂ ਪਾਰਟੀ ਲੀਡਰਾਂ ਜਾਂ ਵਰਕਰਾਂ ਨਾਲ ਵਰਤਿਆ ਗਿਆ ਸੀ। ਦੇਖੋ, ਉਨਕੋ ਸਸਪੈਂਡ ਕੀਤਾ ਗਿਆ ਹੈ ਔਰ ਇਹ ਬੜੀ ਦੁਰਭਾਗਯਪੂਰਨ ਬਾਤ ਹੈ ਕਿ ਜੋ ਪੰਜਾਬ ਆਮ ਆਦਮੀ ਪਾਰਟੀ ਮੇਂ ਗਠਨ ਸੇ ਲੇਕਰ ਅਬ ਤੱਕ ਦਰਜਨੋਂ ਐਸੇ ਨੇਤਾਓਂ ਕੋ ਜਿਨਕਾ ਪਾਰਟੀ ਜੋ ਸ਼ੀਰਸ ਨੇਤ੍ਰਿਤਵ ਹੈ ਉਸਕੇ ਸਾਥ ਕੁਛ ਮਤਭੇਦ ਆਤੇ ਹੈ ਜੋ ਸੈਦਾਂਤਕ ਵੀ ਹੋਤੇ ਹੈ ਔਰ ਨਿਤ ਪ੍ਰਤੀ ਕੀ ਜੋ ਰਾਜਨੀਤੀ ਉਸਕੋ ਲੇਕਰ ਵੀ ਹੋਤੇ ਹੈ ਤੋ ਉਨ ਸਭੀ ਮਤਭੇਦੋਂ ਕੋ ਲੋਕਤੰਤਰਿਕ ਢੰਗ ਸੇ ਹੱਲ ਕਰਨੇ ਕੀ ਬਜਾਏ ਇੱਕ ਸੰਗਠਨ ਮੇਂ ਜੋ ਤਰੀਕਾਕਾਰ ਹੋਣਾ ਚਾਹੀਏ ਉਸਕੇ ਅਨੁਸਾਰ ਹੱਲ ਕਰਨੇ ਕੀ ਬਜਾਏ ਇਸ ਤਰ੍ਹਾਂ ਸੇ ਹੱਲ ਕੀਤਾ ਜਾਤਾ ਹੈ ਕਿ ਲੋਕੋਂ ਕੋ ਪਾਰਟੀ ਸੇ ਬਾਹਰ ਕਾ ਰਾਸਤਾ ਦਿਖਾ ਦਿਆ ਜਾਤਾ ਹੈ ਵੋ ਵੀ ਉਸ ਪਾਰਟੀ ਦੁਆਰਾ ਜੋ ਜੇ ਵਾਅਦਾ ਕਰਕੇ ਆਈ ਥੀ ਹਿੰਦੁਸਤਾਨ ਕੀ ਰਾਜਨੀਤੀ ਉਹ ਨਈ ਤਰ੍ਹਾਂ ਕੀ ਸੰਸਕ੍ਰਿਤੀ ਲੈ ਕੇ ਆਏਗੀ ਜਿਸ ਮੇਂ ਅੰਤਰ ਪਾਰਟੀ ਜਮਹੂਰੀਅਤ ਹੋਗੀ ਇੰਟਰਾ ਪਾਰਟੀ ਡੈਮੋਕ੍ਰੇਸੀ ਹੋਗੀ ਦੇਖੋ ਡੈਮੋਕ੍ਰੇਸੀ ਕੇ ਲੀਏ ਜਮਹੂਰੀਅਤ ਕੇ ਲੀਏ ਲੋਕਤੰਤਰ ਕੇ ਲੀਏ ਜੋ ਪਾਰਟੀ ਹੈ ਪਾਰਟੀ ਕਾ ਜੋ ਇੱਕ ਉਸਕਾ ਤਰੀਕਾਕਾਰ ਚਲਾਣੇ ਕਾ ਉਸਮੇ ਉਸਮੇ ਜੋ ਪਾਰਦਰਸ਼ਤਾ ਉਸਮੇ ਜੋ ਲੋਕਤੰਤਰ ਹੋਣਾ ਬਹੁਤ ਜ਼ਰੂਰੀ ਹੈ ਉਸਮੇ ਬਹੁਤ ਜ਼ਰੂਰੀ ਹੈ ਅਗਰ ਪਾਰਟੀ ਕੇ ਅੰਦਰ ਲੋਕਤੰਤਰ ਨਹੀਂ ਹੈ ਤੋ ਵੋ ਪਾਰਟੀ ਦੇਸ਼ ਕੋ ਦੇਸ਼ ਮੇਂ ਇਤਨੇ ਜਹਾਂ ਇਤਨੀ ਵਿਭਿੰਨਤਾਏ ਹੈ ਵਹਾਂ ਕਿਆ ਲੋਕਤੰਤਰ ਦੇ ਪਾਏਗੀ ਇਹ ਪਾਰਟੀ ਕੋ ਜੋ ਵਾਅਦਾ ਕਰਕੇ ਆਈ ਥੀ ਆਮ ਆਦਮੀ ਪਾਰਟੀ ਕਿ ਹਮ ਪਾਰਟੀ ਮੇਂ ਚਾਰ ਤਿੰਨ ਚਾਰ ਬਾਤੇਂ ਕਰੇਂ ਆਰਥਿਕ ਔਰ ਰਾਜਨੀਤਿਕ ਪਾਰਦਰਸ਼ਤਾ ਹੋਗੀ ਹਾਈ ਕਮਾਂਡ ਕਲਚਰ ਨਹੀਂ ਹੋਗਾ ਧਰਮ ਪੇ ਨਾਮ ਪੇ ਨਾਮ ਪੇ ਰਾਜਨੀਤੀ ਨਹੀਂ ਹੋਗੀ ਔਰ ਸਭ ਤੋਂ ਬੜੀ ਬਾਤ ਹੈ ਕਿ ਪਾਰਟੀ ਕੇ ਅੰਦਰ ਜਮਹੂਰੀਅਤ ਹੋਗੀ ਪਾਰਟੀ ਕੇ ਅੰਦਰ ਲੋਕਤੰਤਰ ਹੋਗਾ ਉਨ ਸਭੀ ਬਾਤੋਂ ਕੀ ਇਹ ਬਿਲਕੁਲ ਉਲੰਘਨਾ ਹੈ ਔਰ ਉਨ ਸਭੀ ਬਾਤੋਂ ਕੋ ਪੀਠ ਦਿਖਾਣੇ ਕੇ ਬਰਾਬਰ ਹੈ। ਆਪ ਦੇ ਇਸ ਫੈਸਲੇ ਤੋਂ ਬਾਅਦ ਇਹ ਵੀ ਉਮੀਦ ਲਗਾਈ ਜਾ ਰਹੀ ਹੈ ਕਿ ਖਹਿਰਾ ਹੁਣ ਹੋਰਨਾਂ ਗਾਂਧੀ ਤੇ ਬੈਂਸ ਨਾਲ ਮਿਲ ਕੇ ਨਵਾਂ ਫਰੰਟ ਲੈ ਕੇ ਆ ਸਕਦੇ ਨੇ। ਬਿਊਰੋ ਰਿਪੋਰਟ T5 ਚੈਨਲ ਪੰਜਾਬੀ। ਦੁਆ ਵੀ ਤਕਦੀਰ ਬਦਲ ਸਕਦੀ ਹੈ। ਰੂਹਾਨੀ ਅਤੇ ਕਾਲੇ ਇਲਮ ਦੀ ਮਾਲਕਨ ਬੇਗਮ ਫਾਤਿਮਾ। ਦੁਨੀਆ ਦਾ ਸਭ ਤੋਂ ਚਮਤਕਾਰੀ ਅਮਲ ਮੇਰੇ ਕੋਲ, ਮੇਰੇ ਕਿੱਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਜਾਂ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ, ਲਵ ਮੈਰਿਜ, ਪਿਆਰ ਵਿੱਚ ਧੋਖਾ, ਪਤੀ ਪਤਨੀ 'ਚ ਅਣਬਣ, ਕੀਤਾ ਕਰਾਇਆ, ਲਾਟਰੀ ਦਾ ਇਨਾਮੀ ਮੌਕਾ, ਜਾਦੂ ਟੋਣੇ ਦਾ ਤੋੜ, ਸੋਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਬੁਰੀ ਸੰਕਟ ਜਾਂ ਨਸ਼ਾ ਛੁਡਾਉਣਾ, PR ਵਿਦੇਸ਼ ਯਾਤਰਾ, ਨੌਕਰੀ ਕਾਰੋਬਾਰ ਵਿੱਚ ਰੁਕਾਵਟ, ਵਸ਼ੀਕਰਨ ਦੁਆਰਾ ਕਿਸੇ ਨੂੰ ਵੀ ਆਪਣੇ ਵੱਸ ਵਿੱਚ ਕਰੋ। ਤੁਹਾਡੀ ਲਾਟਰੀ ਨਿਕਲੇਗੀ ਜਾਂ ਨਹੀਂ, ਸੱਚਾਈ ਜਾਣੋ। ਤੁਸੀਂ ਘਰ ਬੈਠੇ ਹਰ ਪਰੇਸ਼ਾਨੀ ਦਾ ਹੱਲ ਸਿਰਫ 11 ਘੰਟੇ ਵਿੱਚ ਕਰਵਾ ਸਕਦੇ ਹੋ। ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਲਵੋ ਜੀ। ਤਾਵੀਜ਼ ਪ੍ਰਾਪਤ ਕਰਕੇ ਹੀ ਅਸਰ ਸ਼ੁਰੂ।